ਅਯੋਧਿਆ ਜੀ ਜਾਣਾ ਕਿਸੇ ਨੇ, ਅਸੀਂ ਆਪਣਾ ਵਾਅਦਾ ਪੂਰਾ ਕਰਨ ਜਾ ਰਹੇ ਹਾਂ। ਇਸ ਮਈ ਦੇ ਵਿੱਚ ਆਪਾਂ ਬੱਸ ਲੈ ਕੇ ਜਾ ਰਹੇ ਹਾਂ। ਸਤਿ ਚਰਨ ਜੈ ਮਾਨੁ ਗੁਰਾ ਗੁਰਾ।
ਸੁਭ ਮੈਂ ਅਨੂਪ ਹੈ ਤੁਮਰੇ ਤੇਤ ਰਾਮ ਤੁਮਾਰੇ ਤੁਮਰੇ ਕੁਮਾਰੇ ਹੋਤ ਨਾ ਆਗਿਆ
ਸੋਧ ਹਰ ਸਭ ਪੀਤਾ ਜਪਤ ਨਿਰੰਤਰ ਹਨੁਮਤ ਵੀਰਾ ਸੰਕਟ ਦੇ ਹਨੁਮਾਨ ਛੁਡਾਵੇ ਪਰਮ ਵਚਨ ਧਿਆਨ ਕੋ ਲਾਵੇ ਪਰ ਰਾਮ ਤਪਸੀ ਰਾਜਾ ਜਿਨਕੇ ਕਾਜ ਸਕਲ ਤੁਮ ਸਾਜਾ ਔਰ ਮਨੋਰਥ ਤੋ ਕੋਈ ਲਾਵੇ ਹੋਈ ਜਿੰਦਗੀ ਹਨ ਫਲ ਪਾਵੇ ਤਾਰੋ ਚੁਪ ਪਰ ਤਾਪ ਤਮਾਰਾ ਹੈ ਪ੍ਰਸਿੱਧ ਜਗਤ ਉਜਿਆਰਾ ਸਾਧੂ ਸੰਤ ਕੇ ਤੁਮ ਰਖਵਾਰੇ ਅਸਰ ਨਿਕੰਦਨ ਰਾਮ ਦੁਆਰੇ ਅਸ਼ਟੀ ਕੀ ਨਾਮ ਸਾਇਆ ਤੁਮਰੇ ਪਾਸਾ ਸਦਾ ਰੋ ਰਘੁਪਤੀ ਕੇ ਦਾਤਾ ਤੁਮਰੇ ਭਜਨ ਰਾਮ ਕੋ ਪਾਵੇ ਜਨਮ ਜਨਮ ਕੇ ਦੁਖ ਵਿਸਰਾਵੇ ਅੰਤ ਕਾਲ ਰਘੁਬਰ ਪੁਰ ਜਾਈ ਆ ਜਨਮ ਹਰਿ ਵਾਦਿਤ ਕਹਾਈ ਗੋਰ ਦੇਵ ਤਾ ਚਿਤ ਮੈਂ ਗ੍ਰਹੀ ਹਨੁਮਤ ਸੇ ਸਰਬ ਸੁਖ ਕਰਹੀ ਸੰਕਟ ਕਟੇ ਮਿਟੇ ਸਭ ਪੀਰਾ ਸੁਮਿਰੇ ਹਨੁਮਤ ਬਲ ਪੀਰਾ ਜੈ 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 ਹਨੁਮਾਨ ਕੁਸਾਰੀ ਕਿਰਪਾ ਕਰੋ ਸੁਖਦੇਵ ਕੀ ਨਾਈ ਜੋ ਸੁਬਾਰ ਮਾਟ ਤੇ ਗੋਰੀ ਝੂਠੇ ਬੰਦੀ ਮਾ ਸੁਤੋਰੀ ਜੋ ਜੈ ਬਲ ਹਨੁਮਾਨ ਚਲੀਸਾ ਹੋਏ ਸਿੱਧੀ ਸਾਖੀ ਕਰੀਸਾ ਤੁਲਸੀ ਦਾਸ ਸਦਾ ਹਰਿ ਸੇਣਾ ਜੀਕੇ ਨਾਚ ਰਿਹਾ ਮਾਡੇਰਾ ਸਰਵਨ ਤਨ ਸੰਕਟ ਹਰਨ ਮੰਗਲ ਮੂਰਤਿ ਰੂਪ ਰਾਮ ਲਖਨ ਸੀਤਾ ਰਹਿਤ ਮੋਏ ਹਿਰਦੈ ਬਸਹੁ ਸੁਰ ਭੂਪ ਦਿਆਵਰ ਰਾਮ ਜੈ ਜੈ ਰਾਮ ਬੇ ਪ੍ਰਭੁ ਰਾਮ ਜੈ ਜੈ ਰਾਮ ਕਿਰੇ ਮਨ ਬਸਿਓ ਸੀਤਾ ਰਾਮ ਕਰੋ ਕਲਿਆਣ ਹੈ ਪ੍ਰਭੁ ਰਾਮ ਜੈ ਸ਼੍ਰੀ ਰਾਮ ਸ਼੍ਰੀ ਰਾਜੇਸ਼ ਸ਼ਰਮਾ ਜੀ ਰਾਜੇਸ਼ ਕੁਮਾਰ ਜੀ ਆਪਣੀ ਆਵਾਜ਼ ਸੇ ਇੱਕ ਹਨੁਮਾਨ ਚਾਲੀਸਾ ਪਾਠ ਕਰੇ ਗੁਰੂ ਚਰਨ ਸਰੋਜ ਰਜ ਨਿਜ ਮਨ ਮੁਕਰ ਸੁਧਾ ਵਰ ਲਉ ਰਘੁਬਰ ਬਿਮਲ ਜਸੂ ਚੋਦਾਇਕ ਸੁਜਾ ਬੁਧੀਨ ਤਲੁ ਜਾਣੀ ਕੇ ਸੁਮਰੋ ਪਵਨ ਕੁਮਾਰ ਬਲ ਗੁਰੇ ਚਰੇ ਆਬੀਰ ਬਿਕਰਮ ਬਜਰੰਗੀ ਗੁਮਤਿ ਨਿਵਾਰ ਸੁਮਤਿ ਕੇ ਸੰਗੀ ਕੰਚਨ ਵਰਨ ਨਿਰਾਜ ਸੁਮੇਤਾ ਆਨੰਦ ਕੁੰਡਲ ਕੁੰਚਿਤ ਕੇਸਾ ਹਾਥ ਬ੍ਰਜਿਓ ਧਜਾ ਵਿਆਜੇ ਕਾਂਦੇ ਮੋਚ ਜਨੇਉ ਸਾਜੇ ਸ਼ੰਕਰ ਸੁਵਨ ਕੇਸਰੀ ਨੰਦਨ ਚਾਤੁਰ ਪ੍ਰਭੁ ਚਰਿਤ੍ਰ ਸੁਨ ਜੈ ਕੋ ਰਤੀਆ ਰਾਮ ਲਖਨ ਸੀਤਾ ਮਨ ਵਸੀਆ ਸੂਖਮ ਰੂਪ ਧਰਿ ਕੀਆ ਦਿਖਾਵਾ ਸਿਖਰ ਰੂਪ ਧਰਿ ਲੰਕ ਹਲ ਸਮੇਰ ਵਿਵਸ਼ ਲਿਓ ਕੋ ਦੁਖੀ ਨੋ ਲੋਕ ਵੇਰੋ ਅੰਧਿਆਰੋ ਕਾਹੀ ਸੋ ਚਾਸ ਬੇਰੋ ਜਗ ਪੂਜਿਆ ਸੰਕਟ ਕਾਹੂ ਸੋ ਜਾਤ ਨਾ ਕਰ ਜੀਵਨ ਆਨੀ ਕੋਈ ਕਸ਼ਟ ਨਿਵਾਰੋ ਹੀ ਜਾਰਕ ਹੈ ਜਗ ਸੰਕਟ ਮੋਚਨ ਨਾਮ ਸਿਹਾਰ ਸੰਕਟ ਮੋਚਨ ਨਾਮ ਸਿਹਾਰੋ ਕੀ ਸਾਧ ਪ੍ਰਸਿੱਧ ਬਸ ਗਿਰੀ ਸਾਧ ਮਹਾਪ੍ਰਭੂ ਸਤ ਨਿਵਾਰੋ ਚੌਕੀ ਮਹਾਮੋਹੀ ਦਿਲਾਏ ਹਵ ਗੁਦਾਰੋ ਮੇਰੀ ਥਕੇ ਟਟ
सूचना जो है कॉलोनी निवासियों के लिए
वो डॉक्टर साहब साझी करेंगे आपके। पहली सूचना ये है श्री केदारनाथ मंदिर के पास, श्री केदारनाथ मंदिर में हम सभी को पता है कि भगवान भोलेनाथ की 60 फुट ऊंची प्रतिमा बनी है। उसके अनावरण की खुशी में, उसकी प्राण प्रतिष्ठा की खुशी में श्री केदारनाथ मंदिर पर 28 अप्रैल को भंडारा किया जाएगा, माता सीता की रसोई सजाई जाएगी। आप सभी लोग सादर आमंत्रित हैं। यह भंडारा प्राचीन मंदिर श्री केदारनाथ सेवा समिति की तरफ से। जय श्री राम जी। जय श्री राम जी। अच्छा एक मैं ना बारवा फेसबुक पे पाई हैगी है, एक अपना बाल संस्कार पाठशाला शुरू करने जा रहे हैं बहुत जल्द, ਅਤੇ ਉਹਦੇ ਵਿੱਚ ਇੱਕ ਤਾਂ ਬੱਚਿਆਂ ਨੂੰ ਟਿਊਸ਼ਨ ਦਿੱਤਾ ਜਾਏਗਾ ਫਰੀ ਦੇ ਵਿੱਚ, ਜੋ ਕਿ ਉਹਨਾਂ ਦਾ ਕਲਾਸ ਦਾ ਜਿਹੜਾ ਸਬਜੈਕਟ ਪੈ ਜਾਣਗੇ। ਦੂਸਰਾ ਥੋੜ੍ਹਾ ਟਾਈਮ ਸੰਸਕਾਰ ਵੀ ਦਿੱਤੇ ਜਾਣਗੇ ਆਪਣੇ ਹਿੰਦੂ ਧਰਮ ਬਾਰੇ ਅਤੇ ਦੇਸ਼ ਬਾਰੇ। ਅਤੇ ਇਹ ਜਿਹੜੇ ਬਾਲ ਸੰਸਕਾਰ ਪਾਠਸ਼ਾਲਾ ਹੈਗੀ ਹੈ ਇਹ 14 ਸਾਲ ਤੋਂ ਨੀਚੇ ਬੱਚਿਆਂ ਦੇ ਵਾਸਤੇ ਰਹੇਗੀ। ਅਤੇ ਪਲੀਜ਼ ਮੇਰੀ ਬੇਨਤੀ ਹੈ ਸਾਰਿਆਂ ਨੂੰ ਵੀ ਆਪਣੇ ਆਪਣੇ ਜਿਹੜੇ ਛੋਟੇ ਬੱਚੇ ਆ ਉਹਨਾਂ ਦਾ ਸਾਡੇ ਕੋਲ ਨਾਮ ਜ਼ਰੂਰ ਦਰਜ ਕਰਵਾਉਣਾ। ਅਤੇ ਅਸੀਂ ਬਹੁਤ ਜਲਦ ਸ਼ੁਰੂ ਕਰਨ ਜਾ ਰਹੇ ਹਾਂ ਆਪਣੇ ਇਲਾਕੇ ਦੇ ਵਿੱਚ ਬਾਲ ਸੰਸਕਾਰ ਪਾਠਸ਼ਾਲਾ। ਅਤੇ ਇੱਕ ਛੋਟੀ ਜਿਹੀ ਮੈਂ ਹੋਰ ਬੇਨਤੀ ਕਰਨ ਜਾ ਰਿਹਾ, ਅਯੋਧਿਆ ਜੀ ਕਿਹੜੇ ਕਿਹੜੇ ਜਾਣਾ ਹੈ ਪਹਿਲਾਂ ਹੱਥ ਖੜਾ ਕਰੋ। ਅਯੋਧਿਆ ਜੀ ਜਾਣਾ ਹੈ ਕਿਸੇ ਨੇ? ਅਸੀਂ ਆਪਣਾ ਵਾਅਦਾ ਪੂਰਾ ਕਰਨ ਜਾ ਰਹੇ ਹਾਂ ਜੋ ਕਿ ਅਸੀਂ ਘਰ ਘਰ ਜਾ ਕੇ ਇਸ ਮਈ ਦੇ ਵਿੱਚ ਆਪਾਂ ਬੱਸ ਲੈ ਕੇ ਜਾ ਰਹੇ ਹਾਂ। ਜਿਹਨੇ ਜਿਹਨੇ ਜਾਣਾ ਹੈ ਉਹ ਕੱਲ੍ਹ ਤੋਂ ਆਪਣਾ ਨਾਮ ਨੋਟ ਕਰਾਉਣਾ ਸ਼ੁਰੂ ਕਰ ਦਿਓ, ਸੀਟ ਬੁਕਿੰਗ ਕਰਾਉਣੀ ਸ਼ੁਰੂ ਕਰ ਦਿਓ। ਮੰਦਿਰ ਵੀ ਬਣਾਇਆ ਹੈ, ਰੱਖ ਰਹੀ ਕਿਵੇਂ ਬਤਾਏਗੇ? ਭਗਵਾਨ ਰਾਮ ਜੀ ਦੇ ਨਾਮ ਤੇ, ਅਯੋਧਿਆ ਜੀ ਨਾਮ ਤੇ ਜਿਹਨੇ ਜਿਹਨੇ ਜਾਣਾ ਹੈ ਇੱਕ ਸੋਹਣਾ ਜਿਹਾ ਜੈਕਾਰਾ ਲਾਓ। ਜੈਕਾਰਾ ਵੀਰ ਬਜਰੰਗੇ। ਅਯੋਧਿਆ ਤੱਕ ਰਾਜ ਪਹੁੰਚਣੀ ਚਾਹੀਦੀ ਹੈ ਵੀ ਮਥੁਰਾ ਕਲੋਨੀ ਵਾਲੇ ਆ ਰਹੇ ਹੈ। ਜੈਕਾਰਾ ਵੀਰ ਬਜਰੰਗੇ। ਜੈ ਸ਼੍ਰੀ ਰਾਮ। ਬੱਸਾਂ ਦਾ ਅਰੇਂਜਮੈਂਟ ਕਰ ਰਹੇ ਹਾਂ, ਪਹਿਲੇ 15 ਦਿਨਾਂ ਦੇ ਵਿੱਚ, ਮਈ ਦੇ ਪਹਿਲੇ 15 ਦਿਨਾਂ ਵਿੱਚ ਅਯੋਧਿਆ ਲੈ ਕੇ ਜਾਵਾਂਗੇ ਆਪਾਂ। ਉਹ ਹੁਣ ਤੁਹਾਡੀ ਇੱਛਾ ਹੈ ਕਿ ਕਿੰਨੇ ਜਣਿਆਂ ਨੇ ਜਾਣਾ, ਪਲੀਜ਼ ਆਪਣਾ ਆਪਣਾ ਨਾਮ ਸਾਨੂੰ ਦੱਸਣਾ ਸ਼ੁਰੂ ਕਰ ਦੇਣਾ, ਅਸੀਂ ਤਰੀਕ ਵੀ ਬਹੁਤ ਜਲਦੀ ਫਾਈਨਲ ਕਰਕੇ ਤੁਹਾਨੂੰ ਦੱਸ ਦਾਂਗੇ। ਗਰੁੱਪ ਦੇ ਵਿੱਚ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਤੁਹਾਡੇ ਸਾਰਿਆਂ ਦੇ ਘਰਾਂ ਘਰਾਂ ਦੇ ਵਿੱਚ ਪਹੁੰਚਾ ਦਾਂਗੇ, ਫਲੈਕਸਿਸ ਵੀ ਲੱਗਣਗੀਆਂ। ਜੈ ਸ਼੍ਰੀ ਰਾਮ ਜੀ। ਆਰਤੀ ਕੀ ਰੇ ਹਨੁਮਾਨ ਲਲਾ ਕੀ, ਆਰਤੀ ਕੀ ਰੇ ਹਨੁਮਾਨ ਲਲਾ ਕੀ, ਰੂਪ ਜਨ ਰਘੁਨਾਥ ਕਲਾ ਕੀ, ਆਰਤੀ ਕੀ ਰੇ ਹਨੁਮਾਨ ਲਲਾ ਕੀ, ਆਰਤੀ ਕੀ ਰੇ ਹਨੁਮਾਨ ਲਲਾ ਕੀ, ਜਾ ਕੇ ਮਨ ਦੇ ਕੀ ਰੇ ਬਲਤਾ ਤੇ, ਜਾ ਕੇ ਮਨ ਦੇ ਕੀ ਰੇ ਬਲਤਾ ਤੇ, ਪਤਾ ਚੋਰੀ ਮਕਾਰੇ।
ਨਮਸਕਾਰ ਵਰੀ ਪਤਾ ਹਰ ਹਰ ਮਹਾਦੇਵ।